दर्शकों नूं इह गल क्लीयर कर दो, जिहड़ा तुसीं इंस्टीट्यूट बनाया इह बाबे नानक दे नाम ते, उह है की है? ਅਸੀਂ ਕੁਛ ਪਰਿਵਾਰਾਂ ਨੇ ਮਿਲ ਕੇ ਗੈਰ ਮੁਨਾਫਾ ਇਹ ਇੰਸਟੀਚਿਊਟ ਐਸਟੈਬਲਿਸ਼ ਕੀਤੀ ਕਿ ਸਾਡਾ ਮੇਨ ਨਿਸ਼ਾਨਾ ਪੈਸੇ ਕਮਾਉਣਾ ਨਹੀਂ, ਸਾਡਾ ਮੇਨ ਨਿਸ਼ਾਨਾ ਵਿੱਦਿਆ ਦੇਣਾ। ਆਪਾਂ ਸਭ 50ਵੇਂ ਪ੍ਰਕਾਸ਼ ਉਤਸਵ 'ਤੇ ਸਾਡੇ ਮਨ ਦੇ ਵਿੱਚ ਵਿਚਾਰ ਆਏ ਸੀ, ਉਸ ਵਿਚਾਰ ਨੇ ਹੀ ਅਗਾਂਹ ਸਾਨੂੰ ਤੋਰਿਆ। ਜਿਹੜੇ ਕੋਰਸ ਅਸੀਂ ਪੜ੍ਹਾਉਂਦੇ ਹਾਂ, ਅਸੀਂ ਇੱਥੇ ਦੀ ਯੂਨੀਵਰਸਿਟੀ ਨੂੰ ਕਹਿੰਦੇ ਹਾਂ ਵੀ ਤੁਹਾਡੇ ਸਿਲੇਬਸ ਦੇ ਵਿੱਚ ਉਹ ਕੋਰਸਿਸ ਆ ਜਾਣੇ ਚਾਹੀਦੇ ਆ। ਮੇਰੇ ਵਾਸਤੇ ਜੇ ਮੇਰੀ ਕਾਮਯਾਬੀ ਦਾ ਕੋਈ ਸਿਹਰਾ ਹੈ ਮੇਰੇ ਪਾਤਸ਼ਾਹ ਨੇ ਲਿਆ, ਤਾਂ ਉਹ ਇਹ ਹੈ ਕਿ ਮੈਂ ਕੋ ਵਿੱਦਿਆ ਦਾ ਉਹ ਹਿੱਸਾ ਸੀ ਜਿਹੜਾ ਮੈਂ ਉੱਥੇ ਦੂਸਰਿਆਂ ਦੇ ਨਾਲ ਮੁਕਾਬਲਾ ਕਰ ਸਕਦਾ ਸੀ। ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਪੰਥਕ ਪੈੜਾਂ ਦੇ ਵਿੱਚ ਜਗਜੀਤ ਸਿੰਘ ਪੰਜੋਲੀ ਵੱਲੋਂ ਤੁਹਾਡਾ ਸਵਾਗਤ। ਸੋ ਅੱਜ ਪੰਥਕ ਪੈੜਾਂ ਪ੍ਰੋਗਰਾਮ ਦੇ ਵਿੱਚ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਕਿਸੇ ਨਾ ਕਿਸੇ ਪੰਥਕ ਸ਼ਖਸੀਅਤ ਦੇ ਨਾਲ ਜਾਂ ਜਿਸਦਾ ਪੰਥ ਦੇ ਵਿੱਚ ਪੰਥ ਦੀ ਚੜ੍ਹਦੀ ਕਲਾ ਦੇ ਲਈ ਜਾਂ ਕਿਸੇ ਨਾ ਕਿਸੇ ਤਰੀਕੇ ਉਹਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਯੋਗਦਾਨ ਪਾਇਆ ਗਿਆ, ਉਹਨਾਂ ਦੇ ਨਾਲ ਤੁਹਾਡੀ ਗੱਲਬਾਤ ਜਿਹੜੀ ਆ ਉਹ ਕਰਾਈ ਜਾਵੇ। ਸੋ ਸਿੱਖ ਪੂਰੀ ਦੁਨੀਆ ਦੇ ਵਿੱਚ ਵੱਸ ਗਏ ਨੇ, ਜੇ ਆਪਾਂ ਕਹਿ ਲਈਏ ਪੂਰੀ ਦੁਨੀਆ ਹੀ ਸਿੱਖਾਂ ਦੇ ਲਈ ਇੱਕ ਪਿੰਡ ਬਣ ਗਈ ਹੈ, ਅਤੇ ਸਿੱਖ ਜਿੱਥੇ ਵੀ ਜਾ ਰਹੇ ਆ ਤਾਂ ਗੁਰੂ ਨਾਨਕ ਦਾ ਸਿਧਾਂਤ ਜਿਹੜਾ ਉਹ ਨਾਲ ਲੈ ਕੇ ਜਾ ਰਹੇ ਆ। ਅਤੇ ਅੱਜ ਅਸੀਂ ਜਿਸ ਸ਼ਖਸੀਅਤ ਦੇ ਨਾਲ ਤੁਹਾਡੀ ਗੱਲਬਾਤ ਕਰਾਉਣ ਜਾ ਰਹੇ ਹਾਂ, ਉਹਨਾਂ ਦਾ ਨਾਂ ਗਿਆਨ ਸਿੰਘ ਹੈ। ਗਿਆਨ ਸਿੰਘ ਜਿਹੜੇ ਨੇ ਉਹ ਕੈਨੇਡਾ ਦੇ ਵਿੱਚ ਰਹਿੰਦੇ ਨੇ, ਉਹਨਾਂ ਨੇ ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀ ਜਿਹੜੀ ਹੈ ਉਹ ਸ਼ੁਰੂ ਕੀਤੀ ਹੈ ਕੈਨੇਡਾ ਦੇ ਵਿੱਚ, ਅਤੇ ਗੱਲਬਾਤ ਕਰਾਂਗੇ ਕਿ ਉਹਨਾਂ ਨੇ ਉਹਦਾ ਪਰਪਜ਼ ਕੀ ਹੈ, ਕਿਵੇਂ ਕੰਮ ਕੀਤਾ ਜਾ ਰਿਹਾ, ਉਹਦੇ ਮਾਧਿਅਮ ਰਾਹੀਂ ਗੱਲਬਾਤ ਕਰਦੇ ਹਾਂ। ਸਾਡੇ ਨਾਲ ਮੌਜੂਦ ਨੇ ਗਿਆਨ ਸਿੰਘ ਹੋਰੀ। ਗਿਆਨ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਤਾਂ ਮੈਂ ਜਾਣਨਾ ਚਾਹੂੰਗਾ ਤੁਹਾਡੇ ਮਿਸ਼ਨ ਬਾਰੇ, ਜਿਹੜਾ ਤੁਸੀਂ ਲੈ ਕੇ ਤੁਰੇ ਹੋ ਉਹਦੇ ਬਾਰੇ ਵੀ ਜਾਣਾਂਗੇ। ਪਹਿਲਾਂ ਤੁਸੀਂ ਆਪਣੇ ਬਾਰੇ ਦੱਸ ਦਿਓ ਕਿ ਗਿਆਨ ਸਿੰਘ ਪੰਜਾਬ ਤੋਂ ਕਦੋਂ ਗਿਆ, ਕਦੋਂ ਕੀ ਕੰਮ ਕੀਤਾ ਕੈਨੇਡਾ ਦੇ ਵਿੱਚ ਜਾ ਕੇ, ਫਿਰ ਆਪਾਂ ਅੱਗੇ ਵਧਾਂਗੇ। ਮੈਂ ਇੱਕ ਸਧਾਰਨ ਪਰਿਵਾਰ ਦੇ ਵਿੱਚ ਮੇਰੀ ਪਰਵਰਿਸ਼ ਹੋਈ ਹੈ ਜੀ, ਅਤੇ ਮੇਰਾ ਪਿੰਡ ਬੜਾ ਰੁੜਕਾ ਗੁਰਾਇਆਂ ਤੋਂ 4 ਮੀਲ 'ਤੇ ਜੀ, ਅਤੇ ਮੇਰੀ ਓਰੀਜਨਲ ਵਿੱਦਿਆ ਜਿਹੜੀ ਆਪਣੇ ਪਿੰਡ ਦੇ ਹਾਈ ਸਕੂਲ ਦੀ ਹੈ, ਬਾਅਦ ਦੇ ਵਿੱਚ ਮੈਂ ਕਾਮਰਸ ਦਾ ਸਟੂਡੈਂਟ ਰਿਹਾ ਅਤੇ ਇੰਟਰਨੈਸ਼ਨਲ ਅਕਾਊਂਟੈਂਸੀ ਦਾ ਸਟੂਡੈਂਟ ਰਿਹਾ, ਅਤੇ 9 ਸਾਲ ਮੈਂ ਏਅਰਫੋਰਸ ਸਰਵਿਸ ਕੀਤੀ ਸੀ। ਏਅਰਫੋਰਸ ਦੀ ਸਰਵਿਸ ਛੱਡਦੇ ਹੋਏ ਰਾਈਟ ਵੇ ਮੈਂ 1970 ਵਿੱਚ ਕੈਨੇਡਾ ਚਲਾ ਗਿਆ। ਓਕੇ, ਸੋ 1970 ਤੋਂ ਪਿਛਲੇ 53 ਸਾਲਾਂ ਦਾ ਕੈਨੇਡਾ ਵਿੱਚ ਵੱਸ ਰਿਹਾ। ਕੈਨੇਡਾ ਦੀ ਧਰਤੀ 'ਤੇ ਜਾ ਕੇ ਮੈਨੂੰ ਪੜ੍ਹਨ ਦਾ ਮੌਕਾ ਮਿਲਿਆ, ਸੋ ਮੈਂ ਉੱਥੋਂ ਵੀ ਪੜ੍ਹਾਈ ਕੀਤੀ ਅਤੇ ਬਾਅਦ ਦੇ ਵਿੱਚ ਓਬਵੀਅਸਲੀ ਕੰਮ ਕਾਰ ਤਾਂ ਕਰਨੇ ਹੀ ਹੁੰਦੇ ਆ, ਰੋਟੀ ਤਾਂ ਕਮਾਉਣੀ ਹਰ ਇੱਕ ਨੇ ਜੀ। ਬਿਲਕੁਲ। ਅਤੇ ਫਿਰ ਤੁਸੀਂ ਜਿਹੜਾ ਇੱਕ ਹੁਣ ਮਿਸ਼ਨ ਲੈ ਕੇ ਚੱਲੇ ਹੋ ਪੰਜਾਬ ਦੇ ਵਿੱਦਿਅਕ ਅਦਾਰਿਆਂ ਨਾਲ, ਤੁਹਾਡਾ ਟਾਈ ਅਪ ਹੈ, ਬਹੁਤ ਸਾਰੇ ਰਿਸਰਚ ਸਕਾਲਰ ਵੀ ਤੁਹਾਡੇ ਨਾਲ ਜੁੜੇ ਨੇ, ਇਹ ਮਨ ਦੇ ਵਿੱਚ ਥੋਟ ਕਿਵੇਂ ਆਇਆ ਵੀ ਸਾਨੂੰ ਇਸ ਤਰੀਕੇ ਦਾ ਕੰਮ ਕਰਨਾ ਚਾਹੀਦਾ? ਪਹਿਲਾਂ ਦਰਸ਼ਕਾਂ ਨੂੰ ਇਹ ਗੱਲ ਕਲੀਅਰ ਕਰ ਦਿਓ, ਜਿਹੜਾ ਤੁਸੀਂ ਇੰਸਟੀਚਿਊਟ ਬਣਾਇਆ ਇਹ ਬਾਬੇ ਨਾਨਕ ਦੇ ਨਾਮ 'ਤੇ, ਉਹ ਹੈ ਕੀ ਆ? ਮੈਂ ਉਸ ਪੱਖ 'ਤੇ ਜਾਣ ਤੋਂ ਪਹਿਲਾਂ ਇੱਕ ਚੀਜ਼ ਹੋਰ ਕਲੈਰੀਫਾਈ ਕਰ ਦੇਣਾ, ਮੇਰੀ ਜ਼ਿੰਦਗੀ ਦਾ ਬਹੁਤਾ ਹਿੱਸਾ 2-3 ਪੱਖਾਂ ਤੋਂ ਗੁਜ਼ਰਿਆ ਜੇ ਜੀ। ਮੈਂ ਥੋੜ੍ਹੀ ਦੇਰ ਮਜ਼ਦੂਰੀ ਵੀ ਕੀਤੀ ਹੈ, ਬਾਅਦ ਦੇ ਵਿੱਚ ਸੁਪਰਵਾਈਜ਼ਰੀ ਮੈਨੇਜਮੈਂਟ ਸਾਈਡ 'ਤੇ ਚਲਾ ਗਿਆ, ਫਿਰ ਮੈਂ ਪੜ੍ਹਾਉਂਦਾ ਵੀ ਰਿਹਾ ਕਾਲਜ ਦੇ ਵਿੱਚ, ਬਿਜ਼ਨਸ ਐਡਮਿਨਿਸਟ੍ਰੇਸ਼ਨ ਦੇ ਕੁਛ ਕੋਰਸਿਸ ਪੜ੍ਹਾਉਂਦਾ ਸੀ, ਪ੍ਰੋਕਿਓਰਮੈਂਟ ਮੈਨੇਜਮੈਂਟ ਦੇ, ਅਤੇ ਉਹਨਾਂ ਤੋਂ ਬਾਅਦ ਮੈਂ ਆਪਣੇ ਕਾਰੋਬਾਰ ਆਪਣੇ ਸ਼ੁਰੂ ਕਰ ਲਏ। ਸੋ ਸਾਡੇ ਆਪਣੇ ਕਾਰੋਬਾਰ ਰਹੇ ਨੇ, 300 ਇੰਪਲੋਈ ਸਾਡੇ ਕੰਪਨੀਆਂ ਵਿੱਚ ਕੰਮ ਕਰਦੇ ਸਨ। ਸੋ ਇਸ ਕਰਕੇ ਉਸ ਪੱਖ ਦੇ ਉੱਤੋਂ ਮੇਰਾ ਜਿਹੜਾ ਤਜ਼ਰਬਾ ਜ਼ਿਆਦਾ ਕਿਸੇ ਸੰਸਥਾ ਨੂੰ ਪਾਤਸ਼ਾਹ ਦੀ ਕਿਰਪਾ ਦੇ ਨਾਲ ਬਣਾਉਣ ਦਾ ਅਤੇ ਚਲਾਉਣ ਦਾ ਹੈ, ਕਿਉਂਕਿ ਬਿਜ਼ਨਸ ਇਹ ਤੁਹਾਨੂੰ ਟੀਚ ਕਰਦੀ ਹੈ। ਅਤੇ ਮੈਂ ਪੰਥਕ ਸੇਵਾਵਾਂ ਵਿੱਚ ਪਾਤਸ਼ਾਹ ਨੇ ਬਹੁਤ ਦੇਰਾਂ 'ਤੇ ਜ਼ਿੰਮੇਵਾਰੀਆਂ ਲਾਈਆਂ ਹੋਈਆਂ ਨੇ, ਜਦ ਤੋਂ ਤਕਰੀਬਨ ਪਹੁੰਚੇ ਤਦ ਤੋਂ ਹੀ ਉਹ ਪਹਿਲੂ ਨਾਲ ਹੀ ਜ਼ਿੰਦਗੀ 'ਤੇ ਚੱਲਦਾ ਹੀ ਰਿਹਾ। ਸੋ ਮੈਂ ਉਸ ਪੱਖ ਦੇ ਉੱਤੋਂ ਨੈਸ਼ਨਲ ਦਾ ਜਾਂ 84 ਦਾ ਸਾਕਾ ਵਾਪਰਿਆ, ਅਤੇ ਵਿਦੇਸ਼ਾਂ ਵਿੱਚ ਵਰਲਡ ਸਿੱਖ ਔਰਗਨਾਈਜੇਸ਼ਨ ਬਣੀ, ਮੈਂ ਉਹਦਾ ਮੋਢੀ ਸੇਵਾਦਾਰ, ਮੈਨੂੰ ਬਖਸ਼ਿਸ਼ ਹੋਈ ਕੈਨੇਡਾ ਦੇ ਬ੍ਰਾਂਚ ਚਲਾਉਣ ਨੂੰ। ਅੱਜ ਵੀ ਜਿਹੜੀ ਉੱਥੇ ਮਨੁੱਖੀ ਅਧਿਕਾਰਾਂ ਦੀ ਸੰਸਥਾ, ਅਤੇ ਅੱਜ ਵੀ ਚੱਲਦੀ ਹੈ, ਲੋਕ ਬੱਚੇ ਅੱਜ ਕੱਲ੍ਹ ਨੌਜਵਾਨ ਬੱਚੇ ਬੱਚੀਆਂ ਚਲਾਉਂਦੇ ਨੇ। ਮੇਰਾ ਰੋਲ ਜਿਹੜਾ ਸੀ ਵੱਖਰੇ ਲੈਵਲ 'ਤੇ ਸੀ, ਮੈਂ ਕੰਮ ਦੇ ਵੱਲੋਂ ਮੈਂ ਕੰਸਲਟਡ ਹਾਂ, ਵੈਸੇ ਮੈਂ ਲੋਕਾਂ ਦੀ ਬਿਜ਼ਨਸ, ਮੈਨੂੰ ਲੋਕ ਸੱਦਦੇ ਨੇ, ਖਾਸ ਕਰਕੇ ਲਾਰਜ ਕੰਪਨੀਆਂ ਵੱਡੀਆਂ, ਈਵਨ ਇੰਟਰਨੈਸ਼ਨਲ ਕਾਰਪੋਰੇਸ਼ਨ ਸੱਦਦੇ ਨੇ, ਮੈਂ ਉਹਨਾਂ ਦੀ ਨਬਜ਼ ਫੜਦਾ ਬਾਕੀ ਬਿਮਾਰਾਂ ਵਾਂ ਕਿ ਤੁਹਾਨੂੰ ਕੀ ਤਕਲੀਫ ਹੈ ਅਤੇ ਕਿੱਦਾਂ ਤੁਸੀਂ ਰਾਜ਼ੀ ਹੋ ਸਕਦੇ ਹੋ, ਜੇ ਮੁਸ਼ਕਲ ਵਿੱਚ ਹੀ ਲੰਘ ਰਹੇ ਹੋ। ਉਹ ਕਰਦੇ ਕਰਦੇ ਮੇਰੇ ਮਨ ਵਿੱਚ ਵਿਚਾਰ ਆ ਰਿਹਾ ਸੀ, ਕੁਛ ਸਾਲਾਂ ਤੋਂ ਅਸੀਂ ਉਸ ਦੇਸ਼ ਦੇ ਅੰਦਰ
छोटे स्कूल एलीमेंट्री स्कूल बना लै हाई स्कूल बना लै पर कोई इहो जिहा अदारा नहीं सी साडे कोल जिहड़ा पोस्ट सैकेंडरी अदारा यूनिवर्सिटी लैवल दा होवे सो असी कुछ परिवारां ने मिल के गैर मुनाफा ये इंस्टीट्यूट एस्टैबलिश कीती कि साडा मेन निशाना पैसे कमाउणा नहीं साडा मेन निशाना विद्या देना जे आपां उस पक्ष तों देखदे आं तां फिर साडा इहदी पूर्ता गुरु नानक साहब तक आपे करांगे असी गुरु नानक नाम भी इस वास्ते रखिया 550वें प्रकाश उत्सव ते साडे मन दे विच विचार आई सी उस विचार ने ही गां सानूं तोरिया ते असी गुरु नानक इंस्टीट्यूट ऑफ ग्लोबल स्टडीज़ क्योंकि तुसीं क्लोजिंग कॉमेंट्स भी अच्छ डॉक्टर सिद्धू दे पासों सुन रहे सी ते साडा मेन असी हर चाहुंदे वी हर सिख एक ग्लोबल सिटीजन बणदा कोई अज आपां दुनिया दे 200 देशों छड़ के कुछ चंद देश है जिन्हों अपने सिख नहीं होंगे तो तकरीबन 170 देशों में साडा सिख फैले होया बैठे ने सो असी ग्लोबल सिटीजन कौम आ तो वो आधार के उत्ते असी ग्लोबल ही यूनिवर्सिटी बन बनाने का अकीदा है ये यूनिवर्सिटी बनेगी जो सिखा की पहली पंजाब तो बहर एक मैं होर इतने सवाल होनी मेरे मन च आ रहा है कि जो तुम कोई भी बंदा बाहर जाता है ना बाहर जाके पहला उनकी मजबूरियां होंगे ने कि मैं कर्जा चक्के गया वो घर के हालात ठीक करने हैं फिर वो नाल तुसी हुणे पंथक पूरा बड़ा एक एजेंडा ले लिया पंथ का एक किवें संभव होया देखो असी साडे परिवार का उस देश के नाल बहुत पुराना रिश्ता है जी मेरे जीवन साथ ने सुरेंद्र कौर जी के बाबा जी 1904 उस देश में गए सन अच्छा हाँ जी सो असी उस देश के बारे कुछ वाकफियत भी रखते सी मैं एयरफोर्स होंदे हुए भाषा साड़ी अंग्रेजी सी वो तो मुश्किल सानू है ही कोई नहीं सी क्योंकि उन्होंने दिनों में असी होर कोई भाषा ना सी एयरफोर्स के बोल सकते सिर्फ अंग्रेजी बोल सकते सर सो इस करके अंग्रेजी भाषा असी पॉइंट सिस्टम से उत्थे गए सी जी सो साडा जाण दा अज वांग इदा नहीं सी वी तुसी लखां डॉलर जां लखां रुपये खर्च गए सी किराया रख्या किराया रख के चल गए गल खत्म हुई सो वो करजा नहीं मैं समझता उस गल ठीक है तुम अपना किराया लाया किराया चलता लिथ जाएगा सो असी जाके देखो मजदूरी करनी पैंती उन्होंने देशों में बड़ी मुश्किल झेलिया मजदूरियाँ की थी, मैं की थोड़ी देर वास्ते पर मैं क्योंकि मैनेजमेंट की साइड की मेरे को ट्रेन पहले ही सी क्योंकि एयरफोर्स की ट्रेनिंग सी मेरे को और एयरफोर्स के मैं सुपरवाइज करता ही करता मेरे को जो मेरे साथी से सो ट्रेनिंग के पक्ष तो मैं ईजीली 6 महीनों उत्ते सुपरवाइजर बन गया अंदाजा लाओ एक सिख का किसी दूसरे देश में जाके 5-6 महीनों के सुपरवाइजर बन जाना एक अचंभे अचंभे वाली गल सी बहुत ही लोग साढ़े भी इस गल तो सोचे यार कल आया किस तरह हो गया सो उस पक्ष तो जब तुम देखते मैं उत्थे उस कंपनी में ही ग्रो किया उस कंपनी के मैं कंट्रोलर बनया उस कंपनी में फाइनैशियल मैनेजर बनया उत्ते सब कुछ बनया सब कुछ सीखा जब मैं समझा भी मैं एंड ते जा पहुँचा उस कंपनी के अगे बंध वास्ते कोई जगह नहीं हैगी मैं उन्होंने छड़ के अपनी कंपनियां शुरू कर ली हैं सो पातशाह ने सानू वो पक्ष देता साड़ी अपनी कंपनियों के असं चला जो ग्लोबल इंस्टीट्यूट तुम्हें बनाया ये गुरु नानक देव जी के नाम से यह काम किमें कर रहा है तुम इतने पंजाबी यूनिवर्सिटी रबता रखे या होर भी विद्यक अदारों के रखे देखो कनेडा के यूनिवर्सिटी बनाने वास्ते कुछ स कानूनी अदारों के अंदर बनती हैं तीन पड़ा ने पहले पड़ा के डिप्लोमा तो सर्टिफिकेट देने की मंजूरी लेने असी कोई भी कोर्स उत्थे नहीं पढ़ा सकते जिन्नी देर सरकार सानू इजाजत नहीं दिंदी जो धार्मिक कोर्स तुम अपने गुरुद्वारे पढ़ाने जिन्नी मर्जी पढ़ाई जाओ पर जेकर इंस्टीट्यूट रजिस्टर करके मंजूर शुदा बनवानी हैगी है तो तुहानू कोर्स अपरूव कराने पैणगे सो असी गुरु नानक साहब के नाते क्योंकि इंस्टीट्यूट से साढ़े सब तो पहले असी 2 डिप्लोमे तो 1 सर्टिफिकेट कोर्स के बारे कराए थे असी 17 कोर्स दते सन उन्होंने 17 के 17 अपरूव करवा लिया 7 कोर्स का डिप्लोमा साडा पंजाबी स्टडीज़ है 6 स्टडीज़ है सॉरी ये 5 करने पैंदे ने अपना डिप्लोमा लैण वास्ते कुछ उहदे विच कोर्सिस जिहड़े आ साडे इत्थे दीआं यूनिवर्सिटीआं नालों वक्खरे कोर्सिस ने ठीक है जी 6 स्टडीज़ जो तुसीं कर रहे हो से पंजाबी यूनिवर्सिटी तो कर रहे हो तुहाडे सबजैक्ट होर होणगे साडे कोल कुछ सबजैक्ट साडे मिलदे भी हो सकदे आ पर असीं उहनां दी सबजैक्ट दी डिज़ाइन जिहड़ा साडा आ प्रैपरेशनस आ उह कनेडियन स्टाइल आ क्योंकि असी उत्थे दे हिसाब जे उदाहरण वजो असी इंट्रोडक्शन टू सिखी भी कोर्स पढ़ाने प्रोफेसर जिहड़ी साड़ी पढ़ाती है ऑनलाइन वह पढ़ाती है पंजाब तो पढ़ाती है पर उन्हें पढ़ाना पैंदा साडे हिसाब दे नाल वो इंग्लिश ते पंजाबी दोनों विच पढ़ाएगी ठीक है कि इंग्लिश साडा मीडियम है क्योंकि साडे कोल बच्चे वह भी कोर्स लेंदे ने जिन्हां नूं बिल्कुल कोई पंजाबी का शब्द नहीं आता सिखी बारे जानना चाहते हैं
इस तरह जो कुछ कोर्सिस होर ने एक सिख ईथोस से सोशल जस्टिस हैगा वह कनेडा संबंधित कोर्स है, टोटली कनेडा संबंधित कोर्स है, कोई बाहरले देश क्यों पढ़ाएगा, उत्थे दी यूनिवर्सिटियां भी नहीं पढ़ाउंदियां, वो असी वो कोर्स भी पढ़ाने हैं। सो इसी तरह सिख क्रिटिकलिटी ऑफ रिलीजन एक साड़ा कोर्स उत्थे दा ही डिजाइन किया होया। आम तौर पर असं कहने भी कंपैरेटिव रिलीजन इतने कराने, ठीक है जी, असं कंपैरेटिव रिलीजन तो अगे जाने, असी उस धर्म का ओरिजिन देखते हैं, वो ओरिजिन क्रिटिकल आई दे नाल विचारते हैं, फिर वो तुलना करते हैं सिखी के कोर्स सिखी के आधार के उत्ते कितने खड़ा है। वो कनेडियन डिजाइन कनेडियन स्टाइल के डिवेलप किया हुआ कोर्स है, कनेडा के प्रोफेसर ने किया, उत्थे का जंपल प्रोफेसर है, उत्थे कनेडा की यूनिवर्सिटी में पढ़ाता है, असं उन्होंने कहा भी इस लैवल से आप कोर्स तैयार करना कर लिया। सो इदा के जो साडे कोर्स स्पैशलाइज्ड कोर्सेज ने जी, ए दूसरा डिप्लोमा कोर्स साढ़े को उदाहरण वजों गुरमत संगीत का है, वो तुम सारे ही डॉक्टर गुरनाम सिंह जानते हो चंगी तरह, पंजाबी यूनिवर्सिटी के फॉर्मर डीन, तो उन्होंने देखभाल वह कर रहे हैं जी, तो उन्होंने जिन्हें बाकी प्रोफेसर ने कोई अमेर ज़्यादातर अमेरिका तो प्रोफेसर ज कैनेडा तो कुछ जुड़े हुए हैं, उन्होंने जो उस वाले पढ़ाते हैं कोर्सेज पंजाबी स्टडीज अगेन पंजाबी, क्योंकि आप बाहर बैठे कई बार समझते हैं भी शायद पंजाबी स्टडी साड़ी कोई वक्री नहीं, असं पढ़ाने पर असं मीडियम इंग्लिश भी यूज़ कर लेने पढ़ाने वास्ते जी, क्योंकि सू प्रोफेसर जो पढ़ा रहा कनेडियन प्रोफेसर है कैनेडा के वास्ते उन्होंने जो फिर इतने यूनिवर्सिटी पटियाला संबंध की रखे वो मैं उही तुम दसदा साड़ी जब तो अभी एस्टैबलिश हो जाने तो थानू दूसरिया यूनिवर्सिटिया तलुकात पैदा करने पैदे हैं। पंजाबी यूनिवर्सिटी ना साड़ी एक संधि से रिसर्च प्रोजेक्ट की, हाँ जी हाँ जी, वो साड़ी रिसर्च का प्रोजेक्ट से फोंट का पंजाबी फोंट का गुरमुखी फोंट मैं कह सकता, असी नाम नानक लिपि दिता जी, क्योंकि गुरु नानक साहब के नाम इंस्टीट्यूट है। आप हूँ जी वरतते हैं फोंट वो यूनिकोड के कुछ शब्द ऐसे ने गुरबाणी के जिड़े तू लभदे नहीं, तुम कर ही नहीं सकते है, क्योंकि वो थले औंकड़ भी है कि लाम भी है, दोहरी लगा मात्रा है शब्दों के अंदर। सो इन्होंने कोई शब्द ना अज तक तैयार, सो असी पंजाबी यूनिवर्सिटी के रल के उन्होंने फंड किया, और इन्हों के प्रोफेसर ने पंजाबी यूनिवर्सिटी तो डॉक्टर कंबोज इन्होंने नाल स्कॉलर, हाँ जी हाँ जी, इन्होंने नाल होर स्कॉलर ला के इन्होंने करके वो फोंट तैयार किए हैं, जिड़े असी परसों कल ही असं लॉन्च करा 3-4 के विचाले वो फोंट नवा लॉन्च किया जाएगा। सो बाकी इस तरह साड़ी दूसरिया कुछ प्राइवेट यूनिवर्सिटिया भी संधिया ने, संधि के असी एक चीज़ देखते हैं भी साढ़े विचारधारा की उन्होंने मिलती है, जोड़े कोर्स असी पढ़ाने असी इतने की यूनिवर्सिटिया कहने भी थोड़े सिलेबस के कोर्स आ जाने चाहिए है, ता जो जे बच्चा लैस से बी ए कर रहे हो बी कॉम कर रहे हो या एम बी ए वगैरह कर रहे हो, साढ़े कुछ कोर्स है जोड़े उन्होंने ढुकमे आ, फॉर एग्जाम्पल जो आर्ट्स की स्टडीज़ करते हो बच्चे ज़्यादा चाहवान कैनेडा जाने होंगे, असं कहने जो उन्होंने जो साड़ा कोर्स तुम ऐड करो सिखी तो सोशल जस्टिस वाला वो उन्होंने तो सहाई होएगा उन्होंने, क्योंकि जो पुछे किसी एप्लीकेशन देंदे समय कि तुम कोई कनेडा इंस्टीट्यूट के कोर्स किया हो तो यस भरते हो थोड़े कुछ नंबर बद बन जाते हैं और तुम्हें प्लस उस देश का ज्ञान हो जाता है नहीं, रादर दैन उत्थे जाके फिजिकली कोर्स करन तो तुम ऑनलाइन इतने पढ़ सकते हो। इस तरह बिजनेस के जोड़े स्टूडेंट्स ने साड़िया सत्त यूनिवर्सिटिया संधि हैगी, दो इंडिया दर यूनिवर्सिटिया भी हैगी है, एक असी कल भी साइन करनी एक दे। सो यही साड़ा मेन निशाना होंगे, यही मकसद भी असी स्टूडेंट्स की किस तरह मदद कर सकते हैं जी, क्योंकि असी एक्सचेंज स्टूडेंट एक्सचेंज हो गए साढ़े कोर्सेस इतों के स्टूडेंट्स लैन गए उन्होंने करिकुलम के आ जाएंगे कोर्सेज, उन्होंने को ऑप्शन होगा जे बच्चे ने कदे जाना भी होगा विदेश जाना पैदा उन्हें साढ़े कोर्सेज लए हुए होंगे उन्होंने सहाई होंगे उन्होंने जाने वास्ते राधा दिन लखा रुपये खर्च के तुम ऑनलाइन कोर्सेज किए। ये जी मेन रिसर्च के असी सांझ पाने क्योंकि हुण रिसर्च साडा श्री गुरु ग्रंथ साहिब ते चलता है, साढ़े को 33 स्कॉलर उत्ते काम करते हैं, इतों ने जी वक्रिया वक्रिया यूनिवर्सिटियां पे करते हैं, हाँ जी बिल्कुल सारे सारे जिन्हें स्कॉलर जी अभी सारे पे करते हैं जी। अच्छा उन्होंने की टॉपिक की ने मेजर प्रोजेक्ट जो चल रहा जी वह श्री गुरु ग्रंथ साहिब से जी, अज तक किसी भी यूनिवर्सिटी ने हिंदुस्तान के खास करके साड़िया सिखा यूनिवर्सिटियां ला लो, गुरु नानक देव यूनिवर्सिटी ला लो, पंजाबी यूनिवर्सिटी ला पंजाब यूनिवर्सिटी ला लो, ये प्रोजेक्ट तो उन्होंने करने वाले सी, तो चलो महाराज ने सेवा सातों लैनी सी सातों लै रहा है, असी 15 टीके लाए हुए हैं जी, वक्रे वक्रे टीके जो उठता कर लेंदा जी, पर हुण उन्हां दी शब्दावली नहीं मिलती,
और भावनक अखरी अर्थ ट्रांसलेशन ने बहुत स्पिरिचुअल जी भावना अध्यात्मक ज्ञान है वो ट्रांसलेशन उस भगत ने जी की असं उन्होंने ट्रांसलेशन तो नहीं अजे लैके गए अजे सिर्फ उन्होंने कंपाइल कर रहे हैं 15 एक थे कंपाइल कर रहे हैं एक एक शब्द का दूसरे टीकाकार ने किस तरह की लिखा वो बहुत समा लै रहा है तिथिया काम करद पिछली फरवरी तो शुरू किया हुआ 15 इतने प्रोफेसर ने जो बगैर किसी खर्चे तो करते हैं डॉक्टर गुरमेल सिंह ने हाँ जी उन्होंने होर साथी ने उन्होंने उन्होंने कोई चार्ज पेमेंट नहीं की जा रही वो सिर्फ साडा सहयोगी ने सहयोग दे रहे क्योंकि उन्होंने जिस सुपने प्रोजेक्ट लिया काम शुरू किया इंस्टीट्यूट का गुरु नानक देव जी के नाते अज की महसूस करते हो भी कितने खड़ा आके कितनी पूर्ति हुई है ज अगे की कुछ होर करने की लड़ है दो तिहाई हो चुका है जी असि अच्छा। हर महीने सानू जिन्हें पूरे अंग कर लेंगे ने वो सारे सानू घलते हैं उन्होंने रिव्यू किया जाता साढ़े को सुपरवाइजर वक्रे रखे हुए ने प्रोजेक्ट की गल करता भी जो गुरु नानक स्टडी जी इंस्टीट्यूट बनाया वो कितने काम कर रहे कितने तो लगता भी जी उम्मीदा शुरू किया कि खरा उतरे उदू ज़्यादा असं एडवांस बहुत फास्ट चल रहे जी अच्छा साडा अंदाजा सी भी असी 3-4 साल सानू लगनगे जिस लैवल से असी हुण 1.5 साल जो 1.5-2 साल पहुँच गए ठीक है जी क्योंकि कोर्स डिवेलप करने केपेबल जिहड़े लोगों के नाल साथ लैके बाकी प्रोफेसर का चलना साडी बैकग्राउंड मेरी बिजनेस बैकग्राउंड है मैं उस चीज़ को चंगी तरह समझदा तो मैं मेरे साढ़े नाल जुड़े हुए ने 110 प्रोफेसर वक्रे वक्रे खित्यां दे वक्री वक्री इमारतां वाले दुनिया भर चों वक्रे देशों चों तो उन्होंने कुछ प्रोफेसनल लोग ने जो चार्टर्ड अकाउंट्स ला लो वकील ला लो या होर बिजनेसमैन ला लो जुड़े हुए हैं उन्होंने तो क्योंकि वो साथ जोड़ा वो जब तुम एडा वड्डा काफिला बन जाए ना वो बहुत कुछ निकलता है और जेडी ना साड़ी एकेडमिक एडवाइजरी भी बॉडी हैगी है वो पैसे लैके काम नहीं साढ़े ना करती सेवा भावना ना करते हैं और यूनिवर्सिटिया के चंगिया अहद्या उत्ते हैं सारे जोड़े इस पक्ष तो असं लेने है तो सो साढ़े ना सेवा भावना वाले बहुत है गुरु नानक का प्रोजेक्ट यही मैं तो कहना गुरु नानक साहब के प्रोजेक्ट के नाल किसी को जुड़ना उन्होंने मन में आप बहुत आत्मक शांति मिलती हैगी है मैं जो उन्होंने प्रोफेसर ना गल करदा ना तो क्योंकि साढ़ा काम करन दा तरीका टोटल कनेडियन है क्योंकि उस लैवल तक सीखा सानू टाइम की बहुत कदर करते हैं असं असं लार्ज ग्रुप के नाल जो वड्डा होंदा असं मंथली मीट करते हैं उन्होंने को रिपोर्ट लैंदे हैं आप रिपोर्ट दिंदे हैं असं कित्थे पहुँच गए हैगे हाँ जी पर जो दूसरे सब कमेटियों में काम करते हैं कोई कोर्स डिजाइन में करता है कोई रिसर्च के खेत जो किसी करता है या कोई मीडिया में करता है जो कोई IT करता है वो सब कमेटियां जो मेन मकसद भी गुरु नानक साहब की जी फिलोसफी है दुनिया भर च फैला दुनिया भर च फैला तो नाल जी एकेडमिक विद्या देनी है ना वो किस तरह जोड़ना गुरु नानक साहब की फिलोसफी ना गुरु नानक साहब ने जब पढ़ाया जोड़ा तरीका गुरु नानक साहब का पढ़ाने अध्यात्मकता इकट्ठी कर गुरु नानक साहब का पढ़ाने का तरीका से जरा अकादमिक विद्या सॉरी अकादमिक जी अध्यात्मक हाँ जी क्योंकि जिनी देर तुम उस पक्ष में लेंदे नहीं कदे उन्होंने किसी ने जोर ना किसी ने सिख बनाया नहीं बनाया नहीं बनाया पर उन्होंने उस इशू नू लिया इशू नू उस तरह हैंडल किया जो जो स्रोता आ जां विद्यार्थी है साढ़े को पढ़ता साडा फर्ज है भी असी उस विद्यार्थी इन्नी इस लैवल पर पहुँचा दिए भी वो अपनी सोचन शक्ति जी है वो वाधा करे वो आपों सोच के उस चीज़ से आप अमल करना शुरू करे सानू दसण की लोड़ ना पवे कि फिर वो आत्मा की कहती है वो आत्मा को जगाना साडा फर्ज है जी ठीक है बिल्कुल तुहाडा मिशन असी अरदास करांगे कि यह दिन दुगुनी रात चौगुनी तरक्की करे तो वाधा होंदा रहे ऐं गुरु नानक दा जिहड़ा मिशन हैगा वह तरक्या वल जाता रहे तो इस तरह ही वह वाधा फुलता रहे पर नाल ही मैं एक सवाल होर करूँगा कि तुसी 1970 दे उत्थे गए हो तो हुण भी रोज़ जहाज भर भर के बच्चे उत्थे जा रहे हैं रोज़ लैंड हो रहे हैं उन्होंने की भविख देखते हो जिहड़े इत्थों हुण मापे भेज देंदे आ भी IELTS कर ले 7 बैंड हो गए हाई लाई कॉलेज चले गए किवें देखदे हो मैनूं अफसोस है जब मैं देखदा उन्होंने वल बहुत आदि कुछ बच्चे चंद बच्चे मैं कह सकदा स्मॉल परसेंटेज जिहड़े चंगीआं यूनिवर्सिटीआं दे विच दाखला लैंदे ने मैनूं खुशी हुंदी है जब मैं देखता उन्होंने पर ज़्यादातर जिहड़ा मजोरिटी बच्चा साडा जांदा है वह छोटिया यूनिवर्सिटियां छोटिया कॉलेजों के दाखला लेंदा है और कोर्स भी वो लेंदा जिहड़े उन्होंने कोई महारता नहीं हुंदी उन्होंने साल डेढ़ 2 साल का डिप्लोमा लेना हुंदा उन्हें PR लैण जा लैण वास्ते करदे जिहड़ा बच्चा इत्थों प्लस 2 करके सिर्फ PR की भावना ना जांदा
मैं वह फ्यूचर बहुता कोई प्रोस्परस नहीं देखता। हाँ कम करके पैसे कमाएगा तो वो कोई शक वाली गल नहीं हैगी, पर कि उ करना चाहते हो? सिर्फ कम ही करना चाहते हो? जे कम करने की रोटी कमाने के संधे से फिर तो इतने भी कमाई जा सकती सी। मैं आम सोचता भी जो सू पढ़ के जाओगे और प्रोफेसनल विद्या गेन करके जाओगे उस देश में लौड़ आई उन्होंने चाहिए ने कामे हमेशा ही, पर कामे वो चाहिए ने जो उत्थे की लोड़ मत लोड़ पूरी करते हो, ना कि हर एक ही बंदा अपना जाके छोटा कोई कोर्स ले लिया डिप्लोमा कर लिया उत्थे बहुत सफर करते हैं। मापियां मैं एक अख चख पा के मैं हमेशा कहता आ रहा पिछले दसा दिनों का जब वक्ने वक्ने यूनिवर्सिटियां मैंने बोलने का मौका मिलया तो उसी बेटियां चढ़ा देंगे और 17-18 साल दिन बच्चियों मैं रोंदे देखा जे ठीक है जी। उन्होंने बच्चियों का सोशल जरा सिस्टम है इन्ना बिगड़ चुका है ये भी उन्होंने कसूर है कोई, पर सरकमस्टांस ऐसे बन जाते हैं मापियां दस भी नहीं सकते। इस चीज़ में जब ये वाल ध्यान नहीं जिन्ना चर नहीं देंगे उन्ना चर तुम ये बहुत ही मतलब साढ़े लिए दर्दनाक कहानी है। ये करके इन चीज़ों नज़र रखते हुए असी इस इंस्टीट्यूट में भी एस्टैबलिश किया लखा रुपये दे के नौजवान बच्चे बच्चे इतों चले जा रहे हैं तो गेन की करते हैं परमानेंट रेजिडेंसी। तुम क्यों नहीं वो विद्या ऑनलाइन लेंदे ऑनलाइन लाके परमानेंटली इतों अपलाई करके जाओ ਯੂਨੀਵਰਸਿਟੀਆਂ ਗੈਪ ਆ ਕਿਉਂਕਿ ਜਿਹੜੀਆਂ ਚੰਗੀਆਂ ਯੂਨੀਵਰਸਿਟੀਆਂ ਆ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਬੱਚੇ ਦਾ ਭਵਿੱਖ ਸੋਚਦੇ। ਕਿਹੜਾ ਮਾਪਾ ਚਾਹੁੰਦਾ ਹੈਗਾ ਮੈਂ ਆਪਣੀ ਬੇਟਾ ਜਾਂ ਬੇਟੀ ਨੂੰ ਬੇਟੇ ਜਿਹਦੇ ਕੋਈ ਜਗ੍ਹਾ ਵੀ ਨਾ ਮੂਹਰੇ ਰਹਿਣ ਨੂੰ ਹੋਵੇ ਪੱਕੀ ਕਿਤੇ ਜਿਹਨੂੰ 1600 ਤੋਂ 2000 ਡਾਲਰ ਨੂੰ ਤੇ $2 ਨੂੰ ਦੋ ਕਮਰੇ ਦਾ ਤੁਹਾਨੂੰ ਮਕਾਨ ਮਿਲਦਾ ਉੱਥੇ ਰਹਿਣ ਵਾਸਤੇ ਤੇ 20 ਘੰਟੇ ਤੁਸੀਂ ਕੰਮ ਕਰਨਾ ਹੁੰਦਾ ਜੀ। ਮੈਂ ਮੁਸ਼ਕਲਾਂ ਦੇਖਦਾ ਬੱਚਿਆਂ ਨੂੰ 4-4 5-5 6-6 ਇਕੱਠੇ ਹੋ ਕੇ ਰਹਿੰਦੇ ਨੇ ਜੇ ਉੱਥੇ ਗੁਰਦੁਆਰੇ ਮਦਦ ਨਾ ਕਰਨ ਤੇ ਬੱਚੇ ਭੁੱਖੇ ਰਹਿ ਜਾਣ ਜੀ। ਹਜ਼ਾਰਾਂ ਦੀ ਗਿਣਤੀ ਵਿੱਚ ਗੁਰਦੁਆਰਿਆਂ ਦੇ ਵਿੱਚ ਰਜਿਸਟਰ ਕੀਤੇ ਹੋਏ ਬੱਚੇ ਨੇ ਜਿੱਥੇ ਉਹ ਰਾਸ਼ਨ ਲੈਂਦੇ ਨੇ ਹਫ਼ਤਾ ਬਾਰੀ। ਤੁਸੀਂ ਕਦੇ ਸੋਚ ਕੇ ਦੇਖੋ ਵੀ ਇਸ ਦੇਸ਼ ਵਿੱਚ ਆਪਾਂ ਵਸਦੇ ਹਾਂ ਆਪਾਂ ਸਾਰੇ ਉਸ ਪਿਛੋਕੜ 'ਚੋਂ ਆਏ ਹਾਂ ਜਿੱਥੇ ਘਰਾਂ ਵਿੱਚ ਹੀ ਤੁਹਾਡੇ ਥੋੜ੍ਹੀ ਵਾਲੀ ਜ਼ਮੀਨ ਭਾਵਾਂ ਸੀ, ਐਟਲੀਸਟ ਤੁਸੀਂ ਆਪੋਂ ਕਮਾਉਂਦੇ ਸੀ ਅਤੇ ਆਪੋਂ ਖਾਂਦੇ ਸੀਗੇ। ਅੱਜ ਤੁਸੀਂ ਲਿਸਟ ਬਣਾ ਕੇ ਦਿੰਦੇ ਹੋ ਵੀ ਮੈਨੂੰ ਹਫ਼ਤੇ ਅਗਲੇ ਹਫ਼ਤੇ ਲਈ ਆਹ ਚੀਜ਼ਾਂ ਚਾਹੀਦੀਆਂ ਨੇ ਘਰ ਵਿੱਚ। ਮਤਲਬ ਫਿਰ ਪ੍ਰਵਾਸ ਅੱਜ ਦੀ ਤਰੀਕ 'ਚ ਤੁਸੀਂ ਸਹੀ ਨਹੀਂ ਮੰਨਦੇ? ਮੈਂ ਨਹੀਂ ਮੰਨਦਾ ਜੀ, ਮੈਂ ਮੰਨਾਂਗਾ ਤੁਸੀਂ ਪਰ ਕੱਲ੍ਹ ਇੱਥੇ ਸਵਾਲ ਤੁਹਾਡੇ 'ਤੇ ਵੀ ਖੜਾ ਹੋਊਗਾ ਨਾ ਵੀ ਤੁਸੀਂ ਇੰਨਾ ਟਾਈਮ ਪ੍ਰਵਾਸ ਦੇ ਵਿੱਚ ਉੱਥੇ ਰਹੇ ਵਧੇ ਫੁੱਲੇ ਹੋ, ਫਿਰ ਅਗਲੇ ਬੱਚਿਆਂ ਨੂੰ ਅਗਲਾ ਸੋਚੂਗਾ ਨਾ ਜਿਹੜਾ ਇੰਟਰਵਿਊ ਸੁਣ ਰਿਹਾ ਤੁਸੀਂ ਅਗਲੇ ਨੂੰ ਰੋਕ ਰਹੇ ਹੋ। ਨਹੀਂ ਮੈਂ ਜਿਹੜੀ ਚੀਜ਼ ਦੱਸਣੀ ਚਾਹੁੰਦਾ ਮੈਂ ਇੱਥੋਂ ਚੰਗੀ ਸੋਹਣੀ ਵਿੱਦਿਆ ਲੈ ਕੇ ਗਿਆ ਸੀ ਠੀਕ ਹੈ ਜੀ। ਮੇਰੇ ਵਾਸਤੇ ਜੇ ਮੇਰੀ ਕਾਮਯਾਬੀ ਦਾ ਕੋਈ ਸਿਹਰਾ ਹੈ ਮੇਰੇ ਪਾਤਸ਼ਾਹ ਨੇ ਲਿਆ ਤਾਂ ਉਹ ਇਹ ਹੈ ਕਿ ਮੈਂ ਕੋਈ ਵਿੱਦਿਆ ਦਾ ਉਹ ਹਿੱਸਾ ਸੀ ਜਿਹੜਾ ਮੈਂ ਉੱਥੇ ਦੂਸਰਿਆਂ ਦੇ ਨਾਲ ਮੁਕਾਬਲਾ ਕਰ ਸਕਦਾ ਸੀ। ਤੁਹਾਡੀ ਪਲੱਸ ਟੂ ਉੱਥੇ ਮੁਕਾਬਲਾ ਨਹੀਂ ਕਰਦੇ ਜੀ ਠੀਕ ਹੈ ਜੀ। ਇਸ ਗੱਲ ਨੂੰ ਸੋਚੋ, ਮੈਂ ਉਸ ਵਕਤ ਜਾਓ ਮੈਂ ਕਹਿੰਦਾ ਉਹ ਦੇਸ਼ ਚਾਹੁੰਦਾ ਤੁਸੀਂ ਆਓ ਜ਼ਰੂਰ ਆਓ, ਮੈਂ ਕਿਸੇ ਨੂੰ ਰੋਕਦਾ ਨਹੀਂ, ਮੈਨੂੰ ਪਤਾ ਹਰ ਇੱਕ ਸਵਾਲ ਕਰ ਸਕਦਾ। ਜੇ ਮੈਂ ਉਹਨਾਂ ਦਿਨਾਂ ਦੇ ਵਿੱਚ ਜਦਕਿ ਸਾਨੂੰ ਬਿਕ ਨਫ਼ਰਤ ਭਾਵਨਾ ਨਾਲ ਦੇਖਿਆ ਜਾਂਦਾ ਸੀ ਉਹ ਦਿਨਾਂ 'ਚ, ਉਹ ਮੈਂ ਉਸ ਦਿਨ ਅੱਜ ਤੋਂ 53 ਸਾਲ ਪਹਿਲੀ ਗੱਲ ਕਰਦਾ ਜੀ। ਉੱਥੇ ਪੰਜਾਬੀ ਦੇ ਕੀ ਹਾਲਾਤ ਨੇ? ਪੰਜਾਬੀ ਸਾਡੀ ਤੀਜੀ ਭਾਸ਼ਾ ਹੈ, ਪੰਜਾਬੀ ਦੀ ਇੱਜ਼ਤ ਹੈ। ਹਰ ਇੱਕ ਕੰਮ ਕਰਾਉਣ ਵਾਲਾ ਕੋਈ ਕੰਪਨੀ ਚਾਹੇ ਗੋਰਿਆਂ ਦੀ ਚਾਹੇ ਆਪਣੀ ਹੈ, ਉਹ ਪੰਜਾਬੀ ਨੂੰ ਤਰਜੀਹ ਦਿੰਦੇ ਨੇ ਕਿਉਂਕਿ ਉਹਨਾਂ ਨੂੰ ਭਾਸ਼ਾ ਚਾਹੀਦਾ ਕਿਉਂਕਿ ਉਹਨਾਂ ਦੇ ਗਾਹਕ ਕੌਣ ਹੈ, ਜਿਵੇਂ ਬਿਜ਼ਨਸਮੈਨ ਨੇ ਤਾਂ ਇਹ ਸੋਚਣਾ ਕਿ ਮੇਰਾ ਕਾਰੋਬਾਰ ਕਿਸ ਤਰ੍ਹਾਂ ਵਧੀਆ ਚੱਲਦਾ। ਜੇ ਉਹਦੇ ਗਾਹਕ ਪੰਜਾਬੀ ਆਉਂਦੇ ਨੇ ਚਾਹੇ ਉਹ ਕੰਪਨੀ ਦੇ ਮਾਲਕ ਕੋਈ ਵੀ ਹੈ, ਉਹ ਚਾਹੇਗਾ ਵੀ ਪੰਜਾਬੀ ਬੋਲਣ ਵਾਲੇ ਮੇਰੇ ਕੋਲ ਕਰਮਚਾਰੀ ਹੋਣ। ਸੋ ਇਸ ਪੱਖ ਤੋਂ ਨਹੀਂ, ਮੈਂ ਕਿਸੇ ਨੂੰ ਡਿਸਕਰੇਜ ਨਹੀਂ ਕਰਦਾ, ਮੈਂ ਫਿਰ ਤੁਹਾਨੂੰ ਦੱਸਣਾ ਚਾਹੁੰਦਾ, ਮੈਂ ਚਾਹੁੰਦਾ ਆਓ ਜ਼ਰੂਰ। ਪਰ ਜੇ ਤੁਸੀਂ ਉਹ ਰਾਧਾ ਨਾਲ ਪਲੱਸ ਟੂ ਕਰਨ ਤੋਂ ਪਹਿਲਾਂ ਆਪਣੀ ਬੈਚਲਰ ਦੀ ਡਿਗਰੀ ਲਓ, ਹੁਣ ਤੁਸੀਂ ਬੈਚਲਰ ਦੀ ਡਿਗਰੀ ਕਰਕੇ ਕਿਸੇ ਚੰਗੀ ਯੂਨੀਵਰਸਿਟੀ 'ਚ ਦਾਖਲਾ ਲਓ ਠੀਕ ਹੈ, ਚੰਗੀ ਯੂਨੀਵਰਸਿਟੀ ਦਾ ਦਾਖਲਾ ਜਿਹਦਾ ਰੈਕਗਨੀਸ਼ਨ ਹੋਵੇ ਉੱਥੇ, ਤਾਂ ਉਹਦਾ ਤਰਲੇ ਕਰਦੇ ਨੇ ਚੰਗੇ ਬੰਦਿਆਂ ਨੂੰ ਟੋਲਣ ਲਈ ਜੀ। ਮੈਂ ਆਪਣੀ ਜ਼ਿੰਦਗੀ ਦੇ ਵਿੱਚ 6 ਮਹੀਨਿਆਂ ਦੇ ਵਿੱਚ ਸੁਪਰਵਾਈਜ਼ਰ ਬਣ ਜਾਣਾ ਇੱਕ ਅਚੰਬੇ ਵਾਲੀ ਗੱਲ ਸੀ। ਹੁਣ 1970 ਦੇ ਬਾਹਰ ਗਏ ਹੋ ਹੈ ਨਾ, ਅਤੇ ਪੰਜਾਬ ਨਾਲ ਤੁਹਾਡੀ ਕਿਹੋ ਜਿਹੀ ਅਟੈਚਮੈਂਟ ਹੈਗੀ? ਦੇਖੋ ਜਿੱਥੇ ਜਿਹੜਾ ਜਦ ਤੁਹਾਡੀ ਪਰਵਰਿਸ਼ ਇਸ ਦੇਸ਼ ਦੀ ਆ, ਜਿੱਥੇ ਤੁਸੀਂ ਜਦ ਤੁਹਾਡੀ ਜਨਮ ਭੂਮੀ ਆ ਉਹ ਤੁਹਾਨੂੰ ਹਮੇਸ਼ਾ ਖਿੱਚ ਪਾਉਂਦੀ ਆ। ਕਿੰਨਾ ਕੁ ਯਾਦ ਆਉਂਦਾ ਪੰਜਾਬ ਤੁਹਾਨੂੰ? ਦੇਖੋ ਆਉਣਾ ਹੀ ਆਉਣਾ ਲਾਜ਼ਮੀ ਗੱਲ ਹੈ ਜੀ, ਕਿਉਂਕਿ ਸਾਡਾ ਅਧਿਆਤਮਿਕ ਜਿਹੜਾ ਕੇਂਦਰ ਆ
ਉਹ ਸਾਡਾ ਇੱਥੇ ਆ। ਤੁਸੀਂ ਹਮੇਸ਼ਾ ਹੀ ਯਾਦ ਕਰਦੇ ਹੋ, ਮੈਂ ਇਸ ਚੀਜ਼ ਨੂੰ ਤਾਂ ਮਹਿਸੂਸ ਕਰਦੇ ਹਾਂ, ਕਿਉਂ ਨਹੀਂ ਕਰਦੇ? ਲਾਜ਼ਮੀ ਕਿ ਭਾਵੇਂ ਸਾਡੇ ਪਰਿਵਾਰਾਂ ਦੇ ਵਿੱਚੋਂ ਕੋਈ ਵੀ ਇੱਥੇ ਨਹੀਂ ਰਹਿ ਰਿਹਾ, ਠੀਕ ਹੈ। ਮੈਂ ਇਕੱਲਾ ਇਕੱਲਾ ਸੀ ਪਰਿਵਾਰ ਦੇ ਵਿੱਚ, ਬੇਟਾ ਅਤੇ ਸਿਸਟਰ ਸੀ, ਸਿਸਟਰ ਚੜ੍ਹਾਈ ਕਰ ਗਏ ਸੀ, ਦੋਨੇ ਸੀਗੇ ਅਤੇ ਠੀਕ ਹੈ, ਕੋਈ ਨਹੀਂ ਹੈਗਾ, ਨਾ ਫਾਦਰ ਆ, ਨਾ ਚਾਚੀ ਤਾਏ, ਸਭ ਨੇ, ਕੋਈ ਨਹੀਂ, ਸਾਰੇ ਹੀ ਨੇ, ਸਾਰਿਆਂ ਦੇ ਪਰਿਵਾਰ ਬਾਹਰ ਨੇ, ਵੱਖਰੇ ਬੈਠੇ, ਪਰ ਫਿਰ ਵੀ ਤੁਹਾਨੂੰ ਯਾਦਾਂ ਆਉਂਦੀਆਂ ਮੇਰੇ ਮਨ ਵਿੱਚ। ਜਦ ਸੋਚਦੇ ਹਾਂ ਪੰਜਾਬ ਦੀ, ਕੋਈ ਗੱਲ ਕਰਦਾ, ਨਸ਼ਿਆਂ ਨੇ ਘੇਰ ਲਿਆ, ਮਨ ਨੂੰ ਸੱਟ ਵੱਜਦੀ ਆ। ਇੱਕ ਹੋਰ ਸਵਾਲ ਮੇਰੇ ਦਿਮਾਗ 'ਚ ਆਇਆ ਕਿ ਤੁਸੀਂ ਇੰਨੇ ਸਾਲਾਂ ਤੋਂ ਉੱਥੇ ਹੋ, ਅਸਲ ਦੇ ਵਿੱਚ ਆਮ ਸੋਚਦੇ ਆ ਵੀ ਜਿਹੜੇ ਇੰਨੇ ਸਾਲਾਂ ਤੋਂ ਹੈਗੇ ਉਹਨਾਂ ਦੇ ਬੱਚੇ ਜਮ੍ਹਾਂ ਹੀ ਇੱਧਰ ਦੀ ਜਾਂ ਇੱਧਰ ਆਉਣਗੇ ਨਹੀਂ, ਜਾਂ ਇੰਡੀਆ ਬਾਰੇ, ਪੰਜਾਬ ਬਾਰੇ ਸੋਚਦੇ ਨਹੀਂ, ਤੁਹਾਡੇ ਬੱਚੇ ਕੀ ਮਹਿਸੂਸ ਕਰਦੇ ਉੱਥੇ ਰਹਿ ਕੇ? ਬੱਚੇ ਮੇਰੇ ਸਾਰੇ ਅੰਮ੍ਰਿਤਧਾਰੀ ਆ ਜੀ, ਠੀਕ ਹੈ, ਉੱਥੇ ਉੱਥੇ ਉਹਨਾਂ ਦੀ ਪਰਵਰਿਸ਼ ਹੋਈ ਆ। ਵੱਡੀ ਬੇਟੀ ਸਾਡੀ ਡਾਕਟਰ ਪੀ ਐੱਚ ਡੀ ਸਾਈਕੋਲੋਜੀ ਦੀ ਹੈ, ਸਾਹਿਬ ਉਹ ਆਪਣੀ ਪ੍ਰੈਕਟਿਸ ਰਨ ਕਰਦੀ ਆ। ਛੋਟੀ ਬੇਟੀ ਸਾਡੀ ਸੁਪਰੀਮ ਕੋਰਟ ਦੀ ਜੱਜ ਆ ਜੀ, ਉਸ ਦੇਸ਼ ਦੇ ਅੰਦਰ ਉੱਥੇ, ਹਾਂਜੀ, ਸੋ ਦਸਤਾਰਬੰਦੀ ਹੈ। ਅਤੇ ਬੇਟਾ ਸਾਡਾ ਜਿਹੜਾ ਹੈਗਾ ਉਹ ਪੀ ਐੱਚ ਡੀ ਕੰਪਿਊਟਰ ਸਾਇੰਸ ਆ, ਅਤੇ ਉਹ ਪ੍ਰੋਫੈਸਰ ਸੀ ਪਹਿਲਾਂ, 5 ਸਾਲ ਲੱਗਾ ਹੋਇਆ ਟੋਰਾਂਟੋ ਯੂਨੀਵਰਸਿਟੀ, ਟੋਰਾਂਟੋ ਦੇ ਵਿੱਚ ਯੂਰਕ ਯੂਨੀਵਰਸਿਟੀ, ਉੱਥੇ ਛੱਡ ਕੇ ਉਹ ਆਪਣੀਆਂ ਕੰਪਨੀਆਂ, ਉਹਨੇ ਉਹ ਆਰਟੀਫਿਸ਼ਲ ਇੰਟੈਲੀਜੈਂਸ ਦਾ ਮਾਰ ਹੈਗਾ, ਉਹਨੇ 3 ਕੰਪਨੀਆਂ ਸਟਾਰਟ ਕਰ ਚੁੱਕਾ, 3 ਸੈਲ ਕਰ ਚੁੱਕਾ ਜੇ, ਅਤੇ ਆਖਰੀ ਕੰਪਨੀ ਉਹਦੀ ਜਿਹੜੀ ਆ ਉਹ ਇਸ ਵੇਲੇ ਉਹ ਮਾਈਕਰੋਸੋਫਟ ਨੇ ਖਰੀਦ ਲਈ ਸੀ, ਸੋ ਮਾਈਕਰੋਸੋਫਟ ਦਾ ਵਾਈਸ ਪ੍ਰੈਜੀਡੈਂਟ ਆ ਆਰਟੀਫਿਸ਼ਲ ਇੰਟੈਲੀਜੈਂਸ ਸਾਈਡ ਦੇ ਉੱਤੇ। ਸੋ ਇਸ ਤਰ੍ਹਾਂ ਜਿਹੜਾ ਬੱਚਾ ਸਾਡਾ ਚੌਥਾ ਸੀਗਾ, ਅਸੀਂ ਅਡੋਪਟ ਕੀਤਾ ਬੇਟਾ ਸੀਗਾ, ਉਹ ਮੇਰੇ ਨਾਲ ਬਿਜ਼ਨਸ ਵਿੱਚ ਸਦਾ ਹੀ ਰਿਹਾ। ਸੋ ਦੇਖੋ ਬੱਚਿਆਂ ਨੂੰ ਇਹਦੇ ਵਿੱਚ ਤੁਹਾਡੀ ਕੋਈ ਬਹੁਤੀ ਚੁਸਤੀ ਨਹੀਂ, ਅਕਾਲ ਪੁਰਖ ਦੀ ਮਿਹਰ ਆ, ਤੁਸੀਂ ਵਿਸ਼ਵਾਸ ਜਾਤ ਰੱਖਦੇ ਹੋ ਨਾ ਉਹਦੇ 'ਤੇ, ਉਹਦੀ ਕਰਾਮਾਤ ਵਾਪਰਦੀ ਜੇ, ਸਿੱਖੀ ਉਹਦੀ ਦੇਣ ਆ, ਠੀਕ ਹੈ ਜੀ। ਅਤੇ ਸੋ ਇਸ ਕਰਕੇ ਮੈਂ ਹਮੇਸ਼ਾ ਅਕਾਲ ਪੁਰਖ ਦਾ ਅਸੀਂ ਦੋਨੋਂ ਜੀ ਧੰਨਵਾਦ ਕਰਦੇ, ਥੱਕਦੇ ਨਹੀਂ ਹੈਗੇ, ਕਿਉਂਕਿ ਉਹਦੀ ਦੇਣ ਕੋਈ ਉਤਾਰ ਤਰਾਅ ਜ਼ਿੰਦਗੀ ਦੇ ਵਿੱਚ ਬੇਟਾ ਜੀ ਬਹੁਤ ਆਉਂਦੇ ਨੇ ਜੀ, ਸਪੈਸ਼ਲੀ ਜੇ ਤੁਸੀਂ ਕਾਰੋਬਾਰੀ ਇਨਸਾਨ ਹੋ, ਕਦੇ ਕੰਪਨੀਆਂ ਵੱਧ ਜਾਂਦੀਆਂ ਨੇ, ਕਦੇ ਘੱਟ ਜਾਂਦੀਆਂ ਨੇ, ਅਸੀਂ ਦੋਨੇ ਸਾਈਡਾਂ ਦੇਖੀਆਂ ਹੋਈਆਂ, ਮੈਂ ਨੀਵਾਂਪਨ ਵੀ ਦੇਖਿਆ ਹੋਇਆ ਅਤੇ ਮੈਂ ਉੱਚਾਪਨ ਵੀ ਦੇਖਿਆ ਹੋਇਆ। ਸੋ ਇਸ ਕਰਕੇ ਜਦ ਤੁਸੀਂ ਦੋਨੇ ਸਾਈਡਾਂ ਦੇਖਦੇ ਹੋ ਤਾਂ ਤੁਸੀਂ ਹਮੇਸ਼ਾ ਹੀ ਗੁਰੂ ਦੇ ਅੰਗ ਸੰਗ ਨੂੰ ਅੰਗ ਸੰਗ ਸਮਝ ਕੇ ਅਤੇ ਇਹ ਧੰਨਵਾਦ ਜਿੰਨਾ ਕਰ ਸਕੋ ਉਨਾ ਹੀ ਥੋੜ੍ਹਾ। ਹੁਣ ਤਾਂ ਚੰਗੇ ਦਿਨ ਤੁਹਾਡੇ ਉੱਥੇ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਹੋ, ਜਦੋਂ ਸਭ ਤੋਂ ਮਾੜਾ ਹਾਲਾਤ ਦਿਨ ਕਿਹੜੇ ਸੀ ਤੁਹਾਡੇ, ਯਾਦ ਆਉਂਦੀ ਘਟਨਾ ਕੋਈ ਵੀ ਕੈਨੇਡਾ ਦੀ ਧਰਤੀ ਸਭ ਤੋਂ ਮਾੜੇ ਹਾਲਾਤ ਇਹ ਸੀ ਤੁਹਾਡੇ ਉੱਤੇ? ਮੇਰੇ ਪਰਸਨਲ ਲੈਵਲ ਦੇ ਉੱਤੇ ਮੇਰੀ ਕੰਪਨੀ ਇੱਕ ਵਾਰੀ ਬਹੁਤ ਘਾਟੇ ਵਿੱਚ ਚਲੇ ਗਈ ਜੀ, ਕੰਪਨੀ ਨੂੰ ਸਡਨਲੀ ਅੱਗ ਲੱਗ ਗਈ, ਮੈਂ ਬਾਹਰ ਗਿਆ ਹੋਇਆ ਸਾਂ, ਇੰਪਲੋਈ ਦੇ ਚਲੋ ਕਿਸੇ ਸੱਟ ਲੱਗ ਗਈ, ਤੁਸੀਂ ਅੰਦਾਜ਼ਾ ਲਾਓ ਉਸ ਲੈਵਲ ਦੇ ਉੱਤੇ ਕੰਪਨੀ ਦਾ ਡਾਊਨ ਹੋ ਜਾਣਾ, ਜਦ ਤੁਹਾਡੇ ਕੋਲ ਫਾਈਨੈਂਸ਼ੀਅਲ ਹਾਲਾਤ ਤੁਹਾਡੀ ਇੰਨੀ ਪਤਲੀ ਹੋ ਗਈ ਸੀ ਕਿ ਤੁਹਾਡੇ ਕੋਲ ਘਰ ਦੀਆਂ ਕਿਸ਼ਤਾਂ ਦੇਣ ਨੂੰ ਵੀ ਪੈਸੇ ਨਹੀਂ ਸਨ, ਸੋ ਤੁਸੀਂ ਉਦੋਂ ਕੀ ਸੋਚਿਆ? ਕੁਛ ਨਹੀਂ, ਪਾਤਸ਼ਾਹ 'ਤੇ ਵਿਸ਼ਵਾਸ ਸੀ ਵੀ ਆਪੇ ਕਰਦਾ ਜੇ, ਉਹ ਕਰਦਾ ਜੇ, ਦੋਸਤ ਮਿੱਤਰ ਸਨ, ਉਹਨਾਂ ਨੇ ਬੜੀ ਹੈਲਪ ਕੀਤੀ, ਸੋ ਤੁਸੀਂ ਅਸਲ ਦੋਸਤੀ ਤੁਹਾਨੂੰ ਉਸ ਟਾਈਮ 'ਤੇ ਪਤਾ ਲੱਗਦਾ ਹੈ, ਮੇਰੇ ਕਈ ਸਿਆਸੀ ਗੋਰੇ ਮਿੱਤਰ ਸਨ ਜੀ। ਸੋ ਅੱਜ ਵਾਹਿਗੁਰੂ ਨਾਲ, ਪਰਮਾਤਮਾ ਨਾਲ ਕਿਸੇ ਕਿਸਮ ਦਾ ਕੋਈ ਗਿਲਾ ਸ਼ਿਕਵਾ ਹੈ? ਬਿਲਕੁਲ ਕਦੇ ਵੀ ਨਹੀਂ ਰਿਹਾ, ਈਵਨ ਜਦ ਡਾਊਨ ਵੀ ਕੰਮ ਹੋ ਗਿਆ ਸੀ ਉਦੋਂ ਵੀ ਨਹੀਂ ਰਿਹਾ, ਇਹ ਇੱਕ ਵਿਸ਼ਵਾਸ 'ਤੇ ਨਿਰਭਰ ਕਰਦਾ, ਅਸੀਂ ਦੋਨੋਂ ਜੀ ਇਸ ਗੱਲ ਦੇ ਪੂਰੇ ਵਿਸ਼ਵਾਸੀ ਹਾਂ ਵੀ ਉਹਦੇ ਭਾਣੇ ਅੰਦਰ ਵਾਪਰ ਰਿਹਾ ਜੋ ਕੁਛ ਵਾਪਰ ਰਿਹਾ, ਉਹਦੇ ਵਿੱਚੋਂ ਵੀ ਸਾਨੂੰ ਕੁਛ ਸਿੱਖਣ ਨੂੰ ਮਿਲਿਆ। ਹੋ ਸਕਦਾ ਵੀ ਸਾਡੇ ਮਨਾਂ ਦੇ ਵਿੱਚ ਉਹਨੇ ਸਾਨੂੰ ਉਸ ਲੈਵਲ 'ਤੇ ਵਾਪਸ ਲਿਆਉਣਾ ਸੀ ਵੀ ਸ਼ਾਇਦ ਕਦੇ ਗਲਤ ਨਾ ਸੋਚ ਬੈਠੇ ਵੀ ਤੂੰ ਆਪ ਕਰ ਰਿਹਾ ਹੈਗਾ, ਤੂੰ ਆਪ ਨਹੀਂ ਜੇ ਕਰ ਰਿਹਾ, ਉਹ ਆਪ ਕਰਵਾ ਰਿਹਾ ਤੇਰੇ ਕੋਲੋਂ। ਸੋ ਇਸ ਕਰਕੇ ਉਸ ਚੀਜ਼ ਨੂੰ ਹਮੇਸ਼ਾ ਤੁਹਾਨੂੰ ਸੋਚਣਾ ਪੈਂਦਾ ਜੀ। ਸ਼ੁਕਰੀਆ ਜੀ ਤਮਾਮ ਜਾਣਕਾਰੀ ਲਈ, ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਮਿਹਰਬਾਨੀ ਆ ਤੁਹਾਡੇ ਸਾਰੇ ਹੀ ਦਰਸ਼ਕਾਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦਰਸ਼ਕੋ, ਪ੍ਰੋਗਰਾਮ ਪੰਥਕ ਪੈੜਾਂ ਦੇ ਵਿੱਚ ਇਹ ਸਨ ਗਿਆਨ ਸਿੰਘ ਹੋਰੀ, ਜਿਨ੍ਹਾਂ ਨੇ ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼ ਕੈਨੇਡਾ ਦੇ ਵਿੱਚ ਸ਼ੁਰੂ ਕੀਤਾ ਅਤੇ ਬਹੁਤ ਸਾਰੇ ਕੰਮ ਉੱਥੇ ਸ਼ੁਰੂ ਕੀਤੇ ਆ, ਅਤੇ ਗੁਰੂ ਨਾਨਕ ਸਾਹਿਬ ਦਾ ਫਲਸਫਾ ਜਿਹੜਾ ਉਹ ਪੂਰੀ ਦੁਨੀਆ ਦੇ ਵਿੱਚ ਪ੍ਰਚਾਰ ਪ੍ਰਸਾਰਨ ਦੇ ਲਈ ਲੱਗੇ ਹੋਏ ਆ, ਅਤੇ ਇਹਨਾਂ ਨੇ ਆਪਣਾ ਤਜਰਬਾ ਜਿਹੜਾ ਉਹ ਵੀ ਸਾਡੇ ਨਾਲ ਸਾਂਝਾ ਕੀਤਾ, ਅਤੇ ਕਿਵੇਂ ਇਹ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਯੋਗਦਾਨ ਪਾ ਰਹੇ ਨੇ, ਅਤੇ ਸਿੱਖ ਬੱਚਿਆਂ ਦੀ ਹੱਥ ਉਹਦਾ ਬਾਂਹ ਫੜ ਕੇ ਉਹਨਾਂ ਲਈ ਮਦਦਗਾਰ ਸਾਬਤ ਹੋ ਰਹੇ ਆ, ਉਹ ਵੀ ਇਹਨਾਂ ਨੇ ਆਪਣੇ ਨਿੱਜੀ ਤਜਰਬੇ ਵੀ ਸਾਡੇ ਨਾਲ ਸਾਂਝੇ ਕੀਤੇ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸੋ। ਤੁਸੀਂ ਜੁੜੇ ਰਹੋ ਦਾ ਅਨਮਿਊਟ ਦੇ ਨਾਲ, ਮੈਨੂੰ ਦਿਓ ਇਜਾਜ਼ਤ, ਮੇਰੇ ਸਹਿਯੋਗੀ ਗੁਰਸਿਮਰਨ ਦੇ ਨਾਲ ਜਗਜੀਤ ਸਿੰਘ ਪੰਜੋਲੀ ਪਟਿਆਲਾ।